ਕਜਤੁਗੀ ਕੈਨੇਡਾ ਵਾਲੇ ਵੀਰ ਦਾ ਧੰਨਵਾਦ ਆ ਬੱਲੇ 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 ਰਾਂਝੜੇ ਛੇ ਹੈ ਛੇ ਆ ਮਸੀਤਾਂ ਵਾਲੇ ਦੱਸਗਾ ਕਿਹੜਾ ਖਿਡਾਰੀ ਖੇਡਦਾ ਹੈ ਕਿਹੜਾ ਖਿਡਾਰੀ ਛੱਕੇ ਸਾਹਮਣੇ ਮੁੰਡਾ ਕਹਿੰਦੇ ਤੁੱਕੀ ਕੱਢੀ ਆਉਂਦਾ ਨਕੋਦਰ ਵਾਲਾ ਕਹਿੰਦੇ ਬੱਲੇ ਬੱਲੇ ਕਰਵਾਰੇ ਮੇਰੇ ਵੀਰਿਓ ਔਰ ਫੈਸਲੇ ਜਿਹੜੇ ਕਹਿੰਦੇ ਵੱਡੇ ਹੁੰਦੇ ਆ ਪਟਾਕੇ ਪੂਰੇ ਪੈਂਦੇ ਆ ਔਰ ਫੈਸਲੇ ਹੋਣੇ ਵੀ ਚਾਹੀਦੇ ਆ ਅੱਜ ਦਾ ਵੱਡਾ ਮੇਲਾ ਗੱਲਾਂ ਕਹਿੰਦੇ ਟਿਕਾਣੇ ਲੱਗੀਆਂ ਹੋਈਆਂ ਮੇਰੇ ਵੀਰਿਓ ਔਰ ਫੈਸਲੇ ਹੋਣਗੇ ਹੋਣਗੇ लो चाचा नकोदर वाला वो तुहाडे नकोदर शहर दा चाचा बल्ले बल्ले करावा ताड़ी दे मार दो कोई इत्थे रख चाचा चाचा ओ मगर वाले जे चाचे नूं प्यार कर दो मारो ताड़ी नकोदर वाला चाचा खेड़दा है आ बल्ले 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 वाह ए सोच आ मेरे वीर ए समुंदर है ਇਹ ਕਹਿੰਦੇ ਨਦੀਆਂ ਉਛਲਦੀਆਂ ਹੁੰਦੀਆਂ ਤੇ ਸਮੁੰਦਰ ਨਹੀਂ ਉਛਲਦੇ ਹੁੰਦੇ ਲਓ ਸਾਹਮਣੇ ਰਾਂਛੇ ਜੋੜ ਦਿੱਤੇ ਮੇਰੇ ਵੀਰਿਓ ਇਹ ਗੱਲ ਪੱਕੀ ਹੈ ਮੈਂ ਦੇਖਿਆ ਦੁਨੀਆ ਕੋਲ ਕਰੋੜਪਤੀ ਅਰਬਾਪਤੀ ਬੰਦੇ ਹੈ ਪੈਸਾ ਲੋਕਾਂ ਕੋਲ ਬਹੁਤ ਜ਼ਿਆਦਾ ਹੈ ਪਰ ਪੈਸਾ ਦੇਣ ਦੇ ਲਈ ਜਿਗਰਾ ਹੈ ਨਹੀਂ 100 200 ਕੱਢਦਾ ਵੀ ਅਗਲਾ ਸੋਚਦਾ 10 ਵਾਰੀ ਵੀ ਦਈਏ ਕਿ ਨਾ ਦਈਏ ਪਰ ਸੋਭਨਾ ਥੱਕਰ ਬਹੁਤ 10 ਸਾਲ ਹੋ ਗਏ ਕਮੈਂਟਰੀ ਕਰਦੇ ਨੂੰ ਬੜੇ ਟੂਰਨਾਮੈਂਟ ਚਲੇ ਗਏ हर एक टूरनामेंट के उपर कोई एम एल ए आ कोई एम पी आडे वे मंत्री सीएम साहब तक भी आए है मेरे भीर किसी पिंड इना रुपया कोई नहीं देके जाता सोची एक ताड़िया मार दो जोरदार मेरे भीर एम पी एम एल ए मैं कदे इन ग्रांटा देंदे नहीं देखे जिन्हें सोमनाथ अग्रवाल जी ने इसे पिंड मेरे भीर बहुत काम किए स्कोर दसो जी कि हड़ताली कि ਸਤਾਰਾਂ ਰਹਿ ਗਏ 18 ਬੈਠੇ ਹੋ ਕਿਆ ਬਾਤ ਹੈ ਮਿਹਨਤ ਕੀਤੀ ਹੈ ਤੁਸੀਂ ਪ੍ਰਮਾਤਮਾ ਭਾਗ ਲਾਵੇ ਪਰ ਮਾਫੀ ਚਾਹੁੰਦੇ ਨੌਜਵਾਨਾਂ ਮਾਫੀ ਚਾਹੁੰਦੇ ਆ ਤੁਹਾਨੂੰ ਮੁਬਾਰਕਬਾਦ ਹੈ ਨੌਜਵਾਨਾਂ ਹਰ ਗੱਲਾਂ ਜਿਹੜੀਆਂ ਬਾਤਾਂ ਟਿਕਾਣੇ ਕਿਉਂਕਿ ਪੈਸੇ ਹੀ ਬਾਰੇ ਲੱਗੀ ਜਾਂਦੇ ਆ ਕੋਈ ਗੱਲ ਨਹੀਂ ਕਈ ਵਾਰੀ ਭੁੱਲ ਗਿਆ ਰਾਜਾ ਕਈ ਵਾਰੀ ਭੁਲੇਖਾ ਲੱਗ ਜਾਂਦਾ ਤਿਵਾੜੀ ਸਾਹਿਬ ਬੋਲਾਂ ਦੇ ਪਹੁੰਚੇ ਕਰਕੇ ਤੁਹਾਨੂੰ ਬੁਲਾਰਿਆ ਲਈ ਬਹੁਤ ਬੜਾ ਧੰਨਵਾਦ ਵਿਸ਼ੇਸ਼ ਤੌਰ ਤੇ ਤਿਵਾੜੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਉਹਦਾ ਰਜਨੀਸ਼ ਤਿਵਾੜੀ ਸਾਹਿਬ ਉਹ ਕਹਿੰਦੇ ਆ ਪੈਸਿਆਂ ਦੀ ਗੱਲ ਕੋਈ ਨਹੀਂ ਸਾਡਾ ਦਿਲ ਖੁਸ਼ ਹੋਣਾ ਚਾਹੀਦਾ ਇੱਕ ਫਰੋਜ਼ਾ ਦੀ ਟੀਮ ਕਿੰਗਾ ਕਾਲੀਆਂ ਬਾਲਾਂ ਦੀ ਇਹ ਕਰਦੇ ਫਾਈਨਲ ਚ ਪਹੁੰਚ ਗਈ ਟੀਮ ਜਿਹੜੀ ਫਰੋਜ਼ਾ ਦੀ ਵੱਡੇ ਬੱਲੇ ਵੀਰ ਜੀ ਫਰੋਜ਼ਾ ਵਾਲ ਜਿੱਤ ਗਈ ਇੱਕ ਤਾੜੀਆਂ ਮਾਰੋ ਦੋਵੇਂ ਟੀਮਾਂ ਲਈ ਜ਼ੋਰਦਾਰ ਮੇਰੇ ਵੀਰਿਓ ਬਹੁਤ ਤਕੜਾ ਖੇਡੇ ਨੇ ਅਦਰ ਫਰੋਜ਼ਾ ਵਾਲੇ ਸੁੱਕ ਬਾਂਗੜੀ ਦਾ ਮੰਟ ਨੇ ਦਾ ਬਹੁਤ ਬਹੁਤ ਧੰਨਵਾਦ ਮੁਨਸ਼ੀ ਕਹਿੰਦਾ ਜਿੰਨੇ ਵੀ ਮੇਰੇ ਜੀ ਦੀ